ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਇੱਕ ਕਿਸਾਨਾਂ ਵਾਸਤੇ ਬੜੀ ਮੁਸ਼ਕਿਲ ਜੀ ਘੜੀ ਆ ਗਈ ਖਾਸ ਕਰ ਉਹਨਾਂ ਕਿਸਾਨਾਂ ਵਾਸਤੇ ਜਿਹੜੇ ਕਿਸਾਨਾਂ ਨੇ DBW 303 ਦਾ ਬੀਜ ਕਿਸੇ ਕੰਪਨੀ ਤੋਂ ਖਰੀਦਿਆ ਆ ਆ ਸਾਡਾ ਖੇਤ ਜਿਹੜਾ ਤੁਸੀਂ ਦੇਖ ਰਹੇ ਹੋ DBW 303 ਦਾ ਹੈ ਕਿਸਾਨ ਵੀਰੋ ਬੜੇ ਕਿਸਾਨ ਵੀਰ ਆਪਾਂ ਨੂੰ ਫੋਨ ਕਰ ਰਹੇ ਨੇ ਕਿਰਨਜੀਤ ਵੀਰ ਅਸੀਂ ਫਲਾਣੀ ਜਗ੍ਹਾ ਤੋਂ ਬੀਜ ਲਿਆ ਤੇ ਹਾਈਟ ਜਿਹੜੀ ਹੈ ਕਿ ਉਹਦੀ ਹਾਈਟ ਥੋੜਾ ਜਿਹਾ 303 ਦੀ ਜ਼ਿਆਦਾ ਚੱਲ ਰਹੀ ਹੈ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੀ DW303 ਹੈ ਇਸ ਵੈਰਾਈਟੀ ਦਾ ਜਿਹੜਾ ਕੱਦ ਹੈ ਉਹ 95 ਸੈਂਟੀਮੀਟਰ ਤੋਂ ਲੈ ਕੇ 100 ਸੈਂਟੀਮੀਟਰ ਤੱਕ ਹੈ ਇਤੋਂ ਜ਼ਿਆਦਾ ਨਹੀਂ ਹੈ ਹੁਣ ਬڑے ਕਿਸਾਨ ਵੀਰਾਂ ਨੇ ਆਪਣੇ ਤੋਂ ਵੀ ਬੀਜ ਲਿਆ ਤੇ ਆਪਣੇ ਤੋਂ ਵੀ ਬੀਜ ਲੈ ਕੇ ਗਏ ਨੇ ਤੇ ਹੋਰ ਵੀ ਕੰਪਨੀ ਵਾਲਿਆਂ ਦੇ ਉਹਨਾਂ ਨੇ ਲਾਏ ਨਹੀਂ ਜਾਂ ਕੁਝ ਕਿਸਾਨ ਜਿਹੜੇ ਆਪਾਂ ਨੂੰ ਨਹੀਂ ਜਾਣਦੇ ਉਹ ਯੂਨੀਵਰਸਿਟੀਆਂ ਤੋਂ ਵੀ ਬੀਜ ਲੈ ਕੇ ਆਏ ਤੇ ਕਿਸੇ ਹੋਰ ਕੰਪਨੀਆਂ ਤੋਂ ਵੀ ਬੀਜ ਲਿਆ ਉਹਨਾਂ ਨੇ ਤਾਂ ਉਹਨਾਂ ਦਾ ਕਹਿਣਾ ਕੀ ਹੈ ਕਿ ਯਾਰ ਅਸੀਂ 10-10 ਕਿਲੋ ਜਿਹੜਾ ਤੁਹਾਡੇ ਕੋਲ ਲੈ ਗਏ ਆ ਨਾਲ ਹੀ ਅਸੀਂ ਕਿਸੇ ਹੋਰ ਤੋਂ ਲੈ ਕੇ ਤੇ ਉਹਦੇ ਬਰੋਬਰ ਲਾਇਆ ਹੈ ਤੇ ਜਿਹੜੀ ਤੁਹਾਡੇ ਕੋਲ ਲੈ ਕੇ ਗਿਆ ਇਹ ਜਿਹੜੀ DBW 303 ਹੈ ਇਹਦਾ ਜਿਹੜਾ ਕੱਦ ਹੈ ਇਹ ਦੂਜੀ ਨਾਲੋਂ ਥੋੜਾ ਜਿਹਾ ਘੱਟ ਹੈ ਜਿਹੜੀ ਅਸੀਂ ਬਾਹਰੋਂ ਹੋਰ ਕਿਸੇ ਤੋਂ ਲੈ ਕੇ ਲਈ ਹੈ ਉਹਦੇ ਨਾਲੋਂ ਕੱਦ ਥੋੜਾ ਘੱਟ ਹੈ ਤੇ ਕਿਸਾਨ ਵੀਰੋਂ ਮੈਂ ਤੁਹਾਨੂੰ ਪਰਖ ਦੱਸਦਾ ਜਿਹੜੇ ਕਿਸਾਨ ਵੀਰਾਂ ਕੋਲ DBW 303 ओरिजिनल ਹੈ ਉਹਨਾਂ ਦੀ ਕਣਕ ਦਾ ਜਿਹੜਾ ਰੰਗ ਹੈ ਉਹ ਤੋਤੀਆ ਜਿਹਾ ਕਲਰ ਦਾ ਹੈ ਥੋੜਾ ਥੋੜਾ ਜਿਵੇਂ ਕਿ ਆਪਾਂ ਕਹੇ ਦੀ ਵੀ ਪੀਲਾ ਹੈ ਥੋੜਾ ਜਿਹਾ ਵਾਈਟ ਵਾਈਟ ਜਾਂ ਫਿੱਕਾ ਕਲਰ ਹੈ ਤੋਤੀਆ ਕਲਰ ਤੇ ਜਿਹੜੇ ਕਿਸਾਨ ਵੀਰਾਂ ਕੋਲ ਡੁਪਲੀਕੇਟ 303 ਲੱਗੀ ਹੋਉਂਦਾ ਗੂੜਾ ਹਰਾ ਰੰਗ ਹੈ ਬਿਲਕੁਲ ਉਹਦੇ ਵਿੱਚ ਥੋੜੀ ਥੋੜੀ ਜਿਹੜੀ ਕਾਲਸ ਜੀ ਤੁਹਾਨੂੰ ਦਿਖੇਗੀ ਕਿ ਕਾਲਾਪਨ ਜ਼ਿਆਦਾ ਹੈ ਤੇ ਉਸ ਦੀ ਹਾਈਟ ਹੈ ਜਿਹੜੀ ਉਹ ਹਾਈਟ ਵੀ ਲਗਭਗ ਤੁਸੀਂ ਮੰਨ ਕੇ ਚੱਲੋ 105 ਸੈਂਟੀਮੀਟਰ ਤੱਕ ਜਾਵੇਗੀ ਤੇ ਸਿੱਟਾ ਸਿੱਟੇ ਦੇ ਵਿੱਚ ਜਿਹੜੇ ਦਾਣੇ ਨੇ ਉਹ ਵੀ ਉਸ ਦੇ ਵਿੱਚ ਲਗਭਗ 65-70 ਦਾਣੇ ਨੇ 303 ਦੇ ਵਿੱਚ ਦਾਣੇ ਹਾਲਾਂਕਿ ਜ਼ਿਆਦੇ ਨੇ ਤੇ ਜਿਹੜੀ ਜਿਹੜੀ ਕਿਸਾਨ ਵੀਰਾਂ ਨੇ ਡੁਪਲੀਕੇਟ ਲਾਈ ਉਹਨਾਂ ਦੇ ਵਿੱਚ ਦਾਣੇ ਜਿਹੜੇ 65-70 ਦਾਣੇ ਹੀ ਹੈ ਤੇ ਕਿਸਾਨ ਵੀਰੋ ਸਭ ਤੋਂ ਵੱਡੀ ਪਰਖ ਤਾਂ ਇਹ ਹੈ ਕਿ 303 ਦੀ ਜਿਹੜਾ ਕਲਰ ਹੈ ਪੱਤਿਆਂ ਦਾ ਉਹ ਹਲਕਾ ਫਿੱਕਾ ਰੰਗ ਦਾ ਹੈ ਕਈ ਕਿਸਾਨ ਵੀਰੇ ਜਿਵੇਂ ਤੋਤੀਆ ਕਲਰ ਕਹਿ ਦਿੰਦੇ ਨੇ ਤੇ ਜਿਹੜੀ ਡੁਪਲੀਕੇਟ ਹੈ ਬਿਲਕੁਲ ਸੇਮ ਪੱਤਾ ਹੈ ਸਾਰਾ ਕੁਝ ਸੇਮ ਹੈ ਬੱਲੀ 'ਚ ਫਰਕ ਹੈ ਬੱਲੀ ਦੇ ਵਿੱਚ ਦਾਣੇ ਕੱਟ ਨੇ ਜਿਹੜੀ ਹਾਈਟ ਹੈ ਹਾਈਟ ਵੀ ਉੰਦੀ ਜ਼ਿਆਦਾ ਹੈ 303 ओरिजिनल ਨਾਲੋਂ ਔਰ ਕੋਈ ਰਿਜੈਕਟ ਵੈਰਾਈਟੀ ਹੈ ਜਿੰਦਾ ਕਿ ਦਾਣੇ ਦੇਖਣ ਨੂੰ ਬਿਲਕੁਲ 303 ਤਰ੍ਹਾਂ ਲੱਗਦੇ ਸੀ ਲੇਕਿਨ ਉਹਦਾ ਫਟਾਰ ਵੀ 303 ਨਾਲੋਂ ਜ਼ਿਆਦਾ ਹੈ ਜਿਹੜੀ ਉਹ ਵੈਰੈਟੀ ਹੈ ਉਹਦਾ ਫਟਾਰ ਵੀ 303 ਨਾਲੋਂ ਜ਼ਿਆਦਾ ਹੈ ਤੇ ਝਾੜ ਦੇ ਵਿੱਚ ਉਹ ਵੈਰੈਟੀ ਥੋੜਾ ਪਿੱਛੇ ਹੈ 303 ਤੋਂ ਪਿੱਛੇ ਹੈ ਤੇ ਹਾਈਟ ਉਹਦੀ ਜਿਹੜੀ ਜ਼ਿਆਦਾ ਹੈ ਜਿਸ ਕਾਰਨ ਕਿਸਾਨ ਵੀਰ ਹੁਣ ਡਰੇ ਹੋਏ ਨੇ ਕਿ ਅਸੀਂ origignal ਦੇ ਜਾਂ duplicate ਦੀ ਪਰਖ ਕੀ ਕਰੀਏ ਤਾਂ ਕਿਸਾਨ ਵੀਰ ਉਹ ਡੁਪਲੀਕੇਟ origignal ਦੀ ਪਰਖੇ ਇਹੀ ਹੈ ਕਿ ਜਿਹੜੀ 303 ਓਰੀਜਨਲ ਹੈ ਉਹਦਾ ਕੱਦ ਛੋਟਾ ਹੈ ਜਿਹੜੀ DBW 303 ਓਰੀਜਨਲ ਹੈ ਉਹਦਾ ਕੱਦ ਛੋਟਾ ਤੇ ਜਿਹੜੀ ਰਿਜੈਕਟ ਕੀਤੀ ਹੋਈ ਵੈਰਾਈਟੀ ਹੈ ਕੋਈ ਹੋਰ ਡੁਪਲੀਕੇਟ ਚੱਲ ਰਹੀ ਹੈ ਉਹਦਾ ਕੱਦ ਜ਼ਿਆਦਾ ਹੈ ਤਾਂ ਇਸ ਚੀਜ਼ ਨੂੰ ਕਿਸਾਨ ਵੀਰੋ ਧਿਆਨ ਚ ਰੱਖਣਾ ਹੈ ਠੀਕ ਹੈ ਕਿਸਾਨ ਵੀਰੋ ਕਿਸੇ ਦੇ ਸਵਾਲ ਜਵਾਬ ਹੋਣ ਤਾਂ ਮੇਰਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ 30 ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ ਹੋਰ ਖੇਤੀ ਸਬੰਧੀ ਹੋਰ ਕਈ ਜਾਣਕਾਰੀਆਂ ਜਿਹੜੀਆਂ ਤੁਸੀਂ ਲੈਣੀਆਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਸ ਨਾਲ ਖੇਤੀ ਸਬੰਧੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸਤਿ ਸ੍ਰੀ ਅਕਾਲ ਜੀ